ਵਾਹਿਗੁਰੂ 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 ਸਾਹਿਬ ਜੀਓ, ਵਾਹਿਗੁਰੂ 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 ਸਾਹਿਬ ਜੀਓ। ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਪਾਰਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਨ ਜਨਿੰਦੀ ਮਾਉ ਆਏ ਸਫਲ ਸੇ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨਹੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾਹ ਹੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਕ ਤੇ ਪਵਿੱਤਰ ਬਾਰਗਾਹ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਆਪਣੇ ਦੁਨਿਆਵੀ ਕੰਮਾਂ ਕਾਰਾਂ ਨੂੰ ਸੰਕੋਚ ਕਰਕੇ ਤੇ ਤ੍ਰਿਲੋਕੀ ਦੇ ਮਾਲਕ ਦੇ ਚਰਨਾਂ ਤੇ ਬੈਠੇ ਹੋ। ਸਾਡੇ ਵਡੇਰਿਆਂ ਦਾ ਇੱਕ ਪੂਰਨ ਨਿਸ਼ਚਾ ਹੈ, ਜਦੋਂ ਵੱਡੇ ਦੇ ਘਰ ਸਾਡਾ ਸਿਰ ਝੁਕ ਜਾਂਦਾ ਤੇ ਮੱਥੇ ਦੇ ਕਰਮ ਬਦਲ ਜਾਂਦੇ ਨੇ। ਵੱਡਿਆਂ ਪਾਗਾਂ ਵਾਲਿਓ, ਜੀਵਨ ਕਾਲ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਦੇ ਹੋ, ਸੁਣਦੇ ਹੋ। 1 ਤਰੀਕ ਤੋਂ ਆਰੰਭ ਹੋਇਆ ਇਹ ਮਹਾਨ ਗੁਰਮਤ ਦਾ ਕੁੰਭ, ਅੱਜ 10 ਤਰੀਕ ਹੈ। ਰੂਹਾਨੀਅਤ ਦੀ ਨਗੀ ਠਾਠਾ ਮਾਰ ਕਰਕੇ ਵਗਦੀ ਸੀ, ਵੱਡਿਆਂ ਪਾਗਾਂ ਵਾਲਿਆਂ ਨੇ ਚੁੱਭਾ ਮਾਰ ਕਰਕੇ ਅਮਰ ਦਾ ਕੁੱਟ ਲੈ ਕਰਕੇ ਆਪਣੇ ਜੀਵਨ ਨੂੰ ਤਨ ਕਰਨਾ ਕੀਤਾ। ਕਈਆਂ ਦੇ ਭਾਗ ਮਾੜੇ ਨੇ, ਪੱਲਾ ਵੀ ਕੀਤਾ ਪਰ ਕੁਦਰਤੀ ਤੌਰ ਤੇ ਪੱਲਾ ਹੱਥ ਵਿੱਚੋਂ ਖਿਸ ਗਿਆ ਤੇ ਸਾਰਾ ਕੁਝ ਚਲਿਆ ਗਿਆ, ਜਿਹਨੂੰ ਹੰਕਾਰ ਆਖ ਦਿੰਦੇ ਆ। ਦੋ ਪੱਖ ਨੇ ਅੰਮ੍ਰਿਤ ਵੇਲੇ ਤੋਂ ਜਦੋਂ ਦੀ ਕਥਾ ਆਰੰਭ ਹੋਈ ਹੈ, ਰੱਬ ਦੇ ਪਿਆਰਿਆਂ ਨੇ ਉਹਦੀ ਉਸਤਤ ਕੀਤੀ ਹੈ, ਨਾਲੇ ਚੰਗਿਆਈ ਚੱਲੀ ਹੈ ਤੇ ਨਾਲੇ ਬੁਰਿਆਈ ਚੱਲੀ ਹੈ। ਇੱਥੇ ਕੋਈ ਰੱਬ ਦੇ ਪਿਆਰੇ ਕਹਿੰਦੇ ਸਨ, ਸਿਕੰਦਰ ਦੀ ਗੱਲ ਕਰਦੇ ਹਾਂ ਕੋਈ ਗੁੱਸਾ ਨਹੀਂ ਕਰਦਾ, ਅਕਬਰ ਦੀ ਗੱਲ ਕਰਦੇ ਹਾਂ ਕੋਈ ਗੁੱਸਾ ਨਹੀਂ ਕਰਦਾ, ਤੇ ਜੇ ਹੁਣ ਕਿਤੇ ਇੰਦਰਾ ਦੀ ਗੱਲ ਕਰਦੇ ਜਾਂ ਹੁਣ ਵਰਤਮਾਨ ਦੀ ਗੱਲ ਕਰਦੇ ਤੇ ਸਾਰੇ ਗੁੱਸਾ ਕਰਦੇ ਨੇ। ਇੱਕੋ ਹੀ ਗੱਲ ਹੈ, ਗੁਰੂ ਕਿਆ ਸਿੱਖਾ, ਵੱਡੇ ਭਾਗਾਂ ਨਾਲ ਜਿਹੜਾ ਮਾਇਆ ਤੋਂ ਬਚ ਗਿਆ ਉਹ ਬਚ ਗਿਆ, ਜਿਹਨੂੰ ਮਾਇਆ ਛਲ ਕੇ ਲੈ ਗਈ ਭਾਵੇਂ ਕੋਈ ਹੋਵੇ, ਵੱਡਿਆਂ ਵੱਡਿਆਂ ਦੇ ਪੈਰ ਖਿਸਕ ਜਾਂਦੇ ਨੇ। ਬਾਕੀ ਜਿਹੜੀ ਰਹੀ ਗੱਲ, ਜਿਹੜਾ ਧਰਮ ਦੀ ਦੁਨੀਆਂ ਦਾ ਇਤਿਹਾਸ ਹੈ, ਸੰਤ ਜੀ ਕਹਿੰਦੇ 50 ਸਾਲ ਤੋਂ ਬਾਅਦਾ ਬਣਦਾ ਹੈ, ਅਜੇ ਤਾਂ 30 ਸਾਲ ਹੋਏ ਨੇ, ਉਹ ਵੀ ਬੰਦੇ ਵਿੱਚ ਹੀ ਬੈਠੇ ਨੇ ਜਿਨ੍ਹਾਂ ਨੇ ਇਹ ਛੇੜਖਾਨੀ ਕੀਤੀ ਹੈ, ਜਿਨ੍ਹਾਂ ਨੇ ਇਹ ਅੱਗ ਲਾਈ, ਉਹ ਵੀ ਵਿੱਚ ਕਿਵੇਂ ਜਰਦੇ ਹੋਣਗੇ। ਇਸ ਕਰਕੇ ਸੱਚ ਦੀ ਗੱਲ ਕਰਨ ਨੂੰ ਬੜੇ ਬੜਿਆਂ ਦੇ ਪੈਰ ਥਿੜਕ ਜਾਂਦੇ ਨੇ, ਮਾਇਆ ਪ੍ਰਭਾਵ ਪਾ ਲੈਂਦੀ ਹੈ।
ਮੈਂ ਜ਼ਿਆਦਾ ਨਾ ਕਹਾਂ, ਸਾਨੂੰ ਸੰਤ ਜੀ ਇੱਕ ਦ੍ਰਿਸ਼ਟਾਂਤ ਪੜਾਉਂਦੇ ਸਨ। ਕਹਿੰਦੇ ਸ਼ੇਰ ਨੂੰ ਕਬਜ਼ੇ ਵਿੱਚ ਕਰਨ ਵਾਸਤੇ ਤੇ ਬਹੁਤ ਵੱਡਾ ਟੋਆ ਪੁੱਟ ਲਿਆ ਸ਼ੇਰ ਦੇ ਗਿਆਠੋਏ ਦੇ ਵਿੱਚ। ਹੁਣ ਬਾਂਦਰ ਰੁੱਖ ਤੇ ਕਰੇ ਕਲੋਲਾ ਤੇ ਨਾਲੇ ਸ਼ੇਰ ਨੂੰ ਆਖੇ ਵੀ ਚੰਗਾ ਰਿਹਾ, ਸਾਰੇ ਜਾਨਵਰਾਂ ਨੂੰ ਗੱਦੀ ਗੇੜੇ ਪਾਇਆ ਹੀ ਹੁਣ ਚੰਗਾ ਰਿਹਾ, ਤੇਰੀ ਬਣਨੀ ਉਹ ਸਰਕਸ, ਤੈਨੂੰ ਵਿਖਾਉਣਾ ਹੀ ਲੋਕਾਂ ਨੇ ਟੀਵੀ ਤੇ ਵੀ ਸ਼ੇਰ ਨੂੰ ਕਬਜ਼ੇ 'ਚ ਕਿਵੇਂ ਕੀਤਾ। ਕੁਦਰਤੀ ਤੌਰ 'ਤੇ ਕਰਮ ਮਾੜੇ, ਨੱਚਦਾ ਨੱਚਦਾ ਮਾੜੀ ਡਾਹਣੀ ਤੇ ਚਲਿਆ ਗਿਆ ਤੇ ਸ਼ੇਰ ਦੇ ਕੋਲ ਡਿੱਗ ਪਿਆ, ਤਾਣੀ ਟੁੱਟ ਗਈ, ਸ਼ੇਰ ਦੇ ਕੋਲ ਚਲਿਆ ਗਿਆ ਤੇ ਸ਼ੇਰ ਨੇ ਆਖਿਆ ਸੁਣਾ ਹੁਣ ਤੇਰਾ ਕੀ ਬਣੇਗਾ। ਉਹ ਆਂਦਾ ਮੈਂ ਜਦੋਂ ਘਰ ਗਿਆ ਤੇ ਮੈਨੂੰ ਘਰਵਾਲੀ ਆਂਦੀ ਰਾਜਾ ਰਾਜਾ ਹੁੰਦਾ ਜਾਂ ਮਾਫ਼ੀ ਮੰਗ ਕੇ ਫਿਰ ਵੀ ਕਿਤੇ ਕੰਮ ਆ ਜਾਂਦਾ ਜੀ, ਇਹ ਸਾਡੀ ਹਾਲਤ ਹੀ। ਜਦੋਂ ਤਾਂ ਗੁਰੂ ਕੇ ਸਿੱਖੋ ਗੱਲ ਟਿਕਾਣੇ ਤੇ ਜਾਂਦੀ, ਸਾਰੇ ਲਲਕਾਰੇ ਮਾਰਦੇ, ਮੁੜ ਕੇ ਪਤਾ ਨਹੀਂ ਜਾਂ ਤਾਂ ਮਾਇਆ ਛਲ ਕੇ ਲੈ ਜਾਂਦੀ ਹੈ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਇਦੋਂ ਵੱਡੀ ਉਦਾਹਰਨ ਬਾਬਾ ਕੀ ਦੇਵੇ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਰੱਬ ਨਾਲ ਯਾਰੀ ਨਹੀਂ, ਮਾਇਆ ਨੇ ਵੱਡਿਆਂ ਵੱਡਿਆਂ ਨੂੰ ਛਾਲਿਆ, ਮਾਇਆ ਦੇ ਜਿਹੜਾ ਕਲਾਵੇ ਵਿੱਚ ਆ ਗਿਆ ਤਾਂ ਨਿੱਘ ਬੜਾ ਹੈ, ਇੰਨਾ ਕੁ ਨਿੱਘ ਹੈ ਬੰਦੇ ਦੇ ਪਾਪ ਉੱਠ ਜਾਂਦੇ ਨੇ। ਸਾਨੂੰ ਸੰਤ ਜੀ ਇੱਕ ਦ੍ਰਿਸ਼ਟਾਂਤ ਪੜਾਉਂਦੇ, ਕਿਸੇ ਦੀ 10 ਲੱਖ ਦੀ ਲਾਟਰੀ ਨਿਕਲਾਈ, ਉਹਦੀ ਘਰਵਾਲੀ ਨੇ ਆਖਿਆ ਵੀ ਮੇਰੇ ਪਤੀ ਪਰਮੇਸ਼ਰ ਨੂੰ ਤੇ 10 ਰੁਪਈਏ ਨਹੀਂ ਕਦੀ ਵੇਖੇ, 10 ਲੱਖ ਰੁਪਈਆ ਸੁਣਿਆ ਅਟੈਕ ਨਾ ਹੋ ਜੇ, ਤੇ ਪੰਡਤਾਂ ਕੋਈ ਇਹੋ ਜਿਹਾ ਢੰਗ ਤਰੀਕਾ ਵਰਤ, ਇਹਨੂੰ ਸਮਝਾ ਦੇ ਵੀ ਤੇਰੀ ਲਾਟਰੀ 10 ਲੱਖ ਦੀ ਨਿਕਲਾਈ ਹੈ। ਉਹਨੇ ਆਖਿਆ ਵੀ ਮੇਰੇ ਗ੍ਰਹਿ ਦੱਸਦੇ ਵੀ ਤੇਰਾ ਸ਼ਨਿਚਰ ਤੇ ਸ਼ੁਕਰ ਮਿਲਣ ਵਾਲਾ ਹੈ, ਇੰਜ ਲੱਗਦਾ ਤੇਰੀ 5 ਲੱਖ ਦੀ ਲਾਟਰੀ ਨਿਕਲੇਗੀ। ਉਹਨੇ ਆਖਿਆ ਤੇਰੇ ਮੂੰਹ ਵਿੱਚ ਘਿਓ ਸ਼ੱਕਰ, ਮੈਂ ਚੰਗਾ ਕੰਮ ਕਰ ਲਾਂਗਾ। ਉਹਨੇ ਆਖਿਆ ਜੇ 7 ਲੱਖ ਦੀ ਨਿਕਲਾਵੇ ਤੇ ਆਂਦਾ ਹੋਰ ਕੋ ਚੰਗਾ ਕਰ ਲਾਂਗਾ। ਗੱਲ ਟਿਕਾਣੇ ਤੇ ਆਈ, ਆਂਦਾ ਜੇ 10 ਦੀ ਨਿਕਲਾਵੇ ਤੇ ਉਹਨੇ ਆਖਿਆ 1 ਲੱਖ ਤੇਰਾ ਤੇ 9 ਮੇਰਾ। ਉਹ 1 ਲੱਖ ਪੰਡਤ ਨੇ ਨਹੀਂ ਵੇਖਿਆ, ਉਹਨੂੰ ਅਟੈਕ ਹੋ ਗਿਆ। ਮਾਇਆ ਵੱਡਿਆਂ ਵੱਡਿਆਂ ਦੇ ਘਰ ਗਾਲ ਕੇ ਰੱਖ ਦਿੰਦੀ ਹੈ। ਗੁਰੂ ਕਿਰਪਾ ਕਰੇ, ਏਡੇ ਵੱਡੇ ਸਮਾਗਮ ਹੋਇਆ ਨਹੀਂ ਕਰਦੇ। 8 ਦਿਨ ਵਾਲੇ ਰਾਤ ਮੈਂ ਨੈੱਟ ਤੇ ਵੇਖਿਆ, ਕਿਸੇ ਨੇ ਇਹੋ ਜਿਹੀ ਭੱਦੀ ਸ਼ਬਦਾਵਲੀ ਬੋਲੀ ਸੰਤਾਂ ਦੇ ਬਾਰੇ ਵੀ ਸੰਤ ਇਹੋ ਸਾਰਾ ਕੁਝ ਕਰਦਾ, ਸਾਧੂ ਨਹੀਂ ਕਰਦਾ। ਆਪਾਂ ਗੁਰਬਾਣੀ ਵਿੱਚ ਇੱਕ ਪੰਗਤੀ ਪੜ੍ਹਦੇ ਹਾਂ, ਕਬੀਰ ਸੇਵਾ ਕੋ ਦੋਏ ਭਲੇ। ਹੁਣ ਇੱਥੇ 2 ਆਖਿਆ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਬੰਦਾ ਦਾਰੂ ਪੀਂਦਾ ਹੈ, ਗੁਰੂ ਗ੍ਰੰਥ ਸਾਹਿਬ ਸਿੱਧਾ ਕਿਵੇਂ ਲੈ ਆਏਗਾ? ਕੋਈ ਸਾਧੂ ਜਾਵੇਗਾ, ਚੋਟ ਮਾਰੇਗਾ, ਦਾਰੂ ਛੱਡ ਦੇ, ਦਾਰੂ ਮਾੜੀ ਉਹ ਫਿਰ ਆਵੇਗਾ, ਫੇਰੀ ਤਾਂ ਗਤੀ ਹੋਵੇਗੀ। ਗੱਲ ਸਿੱਧੀ ਨਹੀਂ ਬਾਨੀ, ਕਾਪਰ ਦੀ ਤਾਰ 28 ਤਾਰਾਂ ਦੀ ਆ, ਪਿਓਰ ਕਾਪਰ ਪਾ ਦਿਓ, ਘਰ ਵਿੱਚ ਵਾਇਰਿੰਗ ਕਰਾ ਦਿਓ ਤੇ 11 ਹਜ਼ਾਰ ਤੇ ਸਿੱਧੀ ਲਾ ਦਿਓ, ਮੁੜ ਕੇ ਵੇਖਿਓ ਵਾਇਰਿੰਗ ਦਾ ਬਣਦਾ ਕੀ ਹੈ। ਜਿਨ੍ਹਾਂ ਚਿਰ ਟਰਾਂਸਫਾਰਮ ਨਹੀਂ, ਰੱਬ ਦੇ ਪਿਆਰੇ ਨਹੀਂ, ਬੰਦਗੀ ਵਾਲੀਆਂ ਰੂਹਾਂ ਹੀ ਨਹੀਂ, ਸੰਸਾਰ ਕਿਵੇਂ ਚੱਲੇਗਾ? ਗੁਰੂ ਕੇ ਸਿੱਖੋ, ਇਹ ਤਾਂ ਉਹ ਗੱਲ ਹੋ ਗਈ, ਕਿਸੇ ਦੇ ਹੱਥ ਨੂੰ ਲੱਗ ਗਿਆ ਮੈਲਾ, ਉਹਨੇ ਬਥੇਰੀ ਵਰਾਂ ਧੋਤਾ। ਪਰ ਜਿਹੜੇ ਲਾਈ ਲੱਗ ਲੋਕ ਹੁੰਦੇ ਨੇ, ਜਿਹੜੇ ਪੰਡਿਤ ਲੋਕ ਹੁੰਦੇ ਨੇ, ਜਿਹੜੇ ਛੂਤ ਦੇ ਮਾਰੇ ਲੋਕ ਹੁੰਦੇ ਨੇ, ਉਹਨਾਂ ਨੂੰ ਯਕੀਨ ਕਿਵੇਂ ਆਵੇ? ਉਹਨੇ ਆਖਿਆ ਵੀ ਨਹੀਂ, ਤੇਰੀ ਗੱਲ ਨਹੀਂ ਬਣਨੀ, ਤੂੰ ਚੰਗੀ ਤਰ੍ਹਾਂ ਧੋਤਾ ਤੇ ਠੀਕ ਹੈ, ਪਰ ਨਹੀਂ ਤੇਰੀ ਗੱਲ ਨਹੀਂ ਬਣੀ। ਉਹਨੇ ਆਖਿਆ ਗੱਲ ਕਿਵੇਂ ਬਣੇਗੀ? ਕਹਿੰਦੇ ਸ਼ੇਸ਼ ਨਾਗ ਕੋ ਚਲਿਆ ਜਾ, ਉਹ ਮਾਰੇਗਾ ਫੁੰਕਾਰਾ ਤੇ ਤੇਰੀ ਉਂਗਲ ਤੋਂ ਉਤਲਾ ਮਾਸ ਲੱਥ ਜਾਏਗਾ ਤੇ ਫਿਰ ਤੇਰਾ ਗੰਦ ਦੂਰ ਹੋ ਜਾਏਗਾ। ਧੋਤੀ ਤਾਂ ਬਥੇਰੀ ਵਾਰਾਂ, ਪਰ ਛੂਤ ਨਾ ਗਈ, ਉਹ ਸ਼ੇਸ਼ ਕੋਲ ਗਿਆ। ਜਦੋਂ ਸ਼ੇਸ਼ ਨਾਗ ਕੋਲ ਗਿਆ, ਉਹਨੇ ਆਖਿਆ ਵੀਰਿਆ, ਸਾਡੇ ਵਿੱਚ ਵੀ ਮਾੜੀਆਂ ਕੁੱਲਾਂ ਹੈਗੀਆਂ ਨੇ, ਮੇਰੇ ਕੋਲ ਤੂੰ ਕੀ ਕਰਾਉਣਾ, ਇਹ ਬੜਾ ਮਾੜਾ ਕੰਮ, ਮੈਂ ਨਹੀਂ ਕਰਨਾ, ਤੂੰ ਥੱਲੇ ਚਲਿਆ ਜਾ। ਉਹ 11ਵੀਂ ਕੁੱਲ ਤੋਂ ਗਿਆ, 11ਵੀਂ ਕੁੱਲ ਦੇ ਥੱਲੇ ਲੋਕ ਕਹਿੰਦੇ ਵੀ ਸਾਡੇ ਸੱਪਾਂ ਦੀ ਕੁੱਲ ਵਿੱਚ ਵੀ ਮਾੜੇ ਬੰਦੇ ਹੁੰਦੇ ਸੀ, ਤੂੰ ਥੱਲੇ ਚਲਿਆ ਜਾ, ਇਹ ਕੰਮ ਥਲੜੇ ਦਾ ਹੈ। ਉਹ 2 ਇੰਚੀ ਦੇ ਸੱਪ ਕੋਲ ਚਲਿਆ ਗਿਆ ਜਿਹੜਾ ਡੱਕਾ ਸੀ, ਤੇ ਉਹਨੂੰ ਜਾ ਕੇ ਆਂਦਾ ਵੀ ਮੈਨੂੰ ਛੂਤ ਹੈ ਵੀ ਮੇਰੀ ਉਂਗਲ ਤੇ ਗੰਦ ਲੱਗ ਗਿਆ ਤੇ ਚੰਗੀ ਤਰ੍ਹਾਂ ਗਿਆ ਨਹੀਂ, ਫੰਕਾਰਾ ਮਾਰ ਤੇ ਉਤਲਾ ਮਾਸ ਪਾਸੇ ਕਰ ਦੇ। ਉਹਨੇ ਪੂਛਤੇ ਹੋ ਕੇ ਜਦੋਂ ਫੰਕਾਰਾ ਮਾਰਿਆ, ਨਾਲੇ ਉਂਗਲੀ ਡਾਹਤੀ, ਨਾਲੇ ਸੱਜਾ ਪਾਸਾ ਡਾਹ ਦਿੱਤਾ, ਸਾਹ ਰੱਗ ਬਚੀ,
ਸ਼ੇਸ਼ ਨਾਗ ਕੋਲ ਚਲਿਆ ਗਿਆ। ਉਹਨੇ ਆਖਿਆ ਭਰਾਵਾ ਮੈਂ ਤੈਨੂੰ ਆਖਿਆ ਸੀ ਉਤਲਾ ਮਾਸ ਉਤਾਰਨਾ, ਤੂੰ ਕਿਹਦੇ ਕੋਲ ਘੱਲ ਦਿੱਤਾ ਈ? ਉਹਨੇ ਪਾਸਾ ਹੀ ਡਾਤਾ ਈ। ਤੇ ਗਾੜੀਓ ਸ਼ੇਸ਼ ਨਾਗ ਨੇ ਆਖਿਆ ਸ਼ੁਕਰ ਕਰ ਤੇਰਾ ਪਾਸਾ ਉੱਡਿਆ, ਜੇ ਕਿਤੇ ਮੈਂ ਮਾਰ ਦਿੰਦਾ ਤਰਲੋਕੀ ਡਾ ਸਕਦਾ ਸਾਂ। ਪੰਗੇ ਲਈਨੇ ਅਸੀਂ ਉਹਨਾਂ ਨਾਲ ਜਿਨ੍ਹਾਂ ਨੇ ਗੰਗਾ ਵਹਾ ਦਿੱਤੀਆਂ। ਗੁਰੂ ਕੇ ਸਿੱਖੋ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੰਤ ਅਨੰਤੇ ਅੰਤਰ ਨਾਹੀਂ। ਇਹ ਜਿਹੜੇ ਕੁੰਭ ਨੇ ਤੀਰਥ ਵੱਡਾ ਕਿ ਹਰ ਕਾ ਦਾਸ, ਹਰੀ ਦਾ ਦਾਸ ਵੱਡਾ ਜਿਹੜਾ ਤੀਰਥ ਬਣਾ ਕੇ ਰੱਖ ਦਿੰਦਾ ਹੈ, ਇਹ ਰੱਬ ਦੇ ਪਿਆਰੇ ਵੱਡੇ ਹੋਇਆ ਕਰਦੇ ਨੇ। ਇਹਨਾਂ ਦੀ ਵੱਡੇ ਨਾਲ ਯਾਰੀ ਹੈ ਤੇ ਵੱਡਾ ਆਪਣੇ ਵਰਗਾ ਕਰ ਲੈਂਦਾ ਹੈ। ਗੁਰੂ ਸਾਡੇ ਤੇ ਕਿਰਪਾ ਕਰੇ, ਸਾਡੇ ਅੰਦਰ ਕਿਤੇ ਸ਼ਰਧਾ ਦਾ ਪੱਖ ਆ ਜੇ, ਕਾਰ ਸੇਵਾ ਦੇ ਜਨਿਜਮ ਅਨੁਸਾਰ ਹਾਜ਼ਰੀ ਲਵਾਈਏ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਰੱਬ ਦੇ ਪਿਆਰਿਆਂ ਦਾ, ਜਿਨ੍ਹਾਂ ਇਹ ਮਹਾਨ ਕੁੰਭ ਰਚਿਆ। 1 ਤਰੀਕ ਤੋਂ ਲੈ ਕਰਕੇ 10 ਤਰੀਕ ਤੱਕ 3 ਦਿਨ ਦਾ ਸਮਾਗਮ ਬੜਾ ਔਖਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਰੱਬ ਦੇ ਪਿਆਰਿਆਂ ਤੇ ਤਰੁੱਠ ਕਰਕੇ ਕਿਰਪਾ ਕਰਕੇ ਇਹ ਕਾਰਜ ਸੰਪੂਰਨ ਕਰਾਇਆ ਹੈ। ਰੱਬ ਵਰਗੀਆਂ ਸਿੱਖ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।